ਨੇ, ਇਹ ਲਾ ਲਾ ਕਰਕੇ ਵੋਟਾਂ ਦੂਏ, ਉਹ ਡਰਦੇ ਨੇ ਵਿਚਾਰੇ। ਜੇ ਹੋਵੇ ਰਾਜ, ਜਦ ਅਵਤਾਰਵਾਦ ਹੁੰਦਾ, ਅਵਤਾਰ ਦਾ ਰਾਜ ਹੁੰਦਾ, ਡਾਂਗਰਾਂ ਕਰਦਾ ਫਿਰ ਉਹ ਸਾਰਾ ਕੁਛ ਠੀਕ, ਵਨ ਵਿਅਕਤੀ ਦਾ ਰਾਜ ਹੁੰਦਾ, ਇੱਕ ਪਾਰਟੀ ਰਾਜ ਹੈ ਕਮਿਊਨਿਸਟਾਂ ਦਾ, ਤਾਂ ਠੀਕ ਕਰਿਆ ਉਹਨਾਂ ਨੇ, ਕੁੱਟ ਕੇ ਠੀਕ ਕਰੇ ਨੇ, ਉੱਥੇ ਵੀ ਕਰੇ ਤੇ ਸ਼ਰਾਰਤ ਲੱਗੇ ਸੀ ਕਰਨ, ਟੈਂਕਾਂ ਜਾਣ ਦੀਆਂ ਉਹਨਾਂ ਨੇ ਸਾਰੇ ਜਲੂਸ 'ਤੇ, 30,000 ਆਦਮੀ ਮਾਰਤਾ ਇੱਕੋ ਦਿਨ 'ਚ, ਦੁਬਾਰਾ ਜਲੂਸ ਨਹੀਂ ਨਿਕਲਿਆ। ਇਹ ਸ਼ਕਤੀ ਬਿਨਾਂ ਹਟਦੇ ਨੇ, ਠੀਕ ਨੇ ਉਹ ਆਪਣੀ ਜਗ੍ਹਾ, ਪਰ ਕਰਪਸ਼ਨ ਉੱਥੇ ਵੀ ਆ ਗਈ। ਆਦਮੀ ਤਾਂ ਆਖਰ ਆਦਮੀ ਹੈ ਨਾ, ਆਦਮੀ ਤਾਂ ਕਮਜ਼ੋਰ ਹੈ, ਨਾਲ ਧਰਮ ਚਾਹੀਦਾ। ਜੇ ਧਰਮ ਨਾਲ ਨਾ ਹੋਵੇ, ਧਰਮ ਚ ਆਦਮੀ ਪਰਪੱਕ ਨਾ ਹੋਵੇ, ਉਹਨੂੰ ਰਾਜ ਦੇ ਦਈਏ, ਸਾਰੀਆਂ ਕਮਜ਼ੋਰੀਆਂ ਚੋਵੇਂ ਆ ਜਾਂਦੀਆਂ ਨੇ ਜਿਵੇਂ ਹੁੰਦੀਆਂ ਨੇ। ਇਸ ਕਰਕੇ ਦਸਮ ਪਾਤਸ਼ਾਹ ਕਹਿੰਦੇ ਧਰਮ ਬਿਨਾਂ ਨਹੀਂ ਰਾਜ ਚੱਲਿਆ ਹੈ, ਨਹੀਂ ਚੱਲ ਸਕਦਾ ਧਰਮ ਬਿਨਾਂ ਰਾਜ। ਪਹਿਲਾਂ ਆਦਮੀ ਨੂੰ ਇੰਨਾ ਮਜ਼ਬੂਤ ਕਰ ਦਿਉ ਕਿ ਉਹਨੂੰ ਮਾਇਆ ਡੁਲਾ ਨਾ ਸਕੇ, ਫਿਰ ਉਹਨੂੰ ਰਾਜ ਦਿਉ। ਉਹ ਜੇ ਆਪਣਾ ਪਰਾਇਆ ਖਤਮ ਹੋ ਜਾਵੇ ਫਿਰ ਰਾਜ 'ਤੇ ਬੈਠੇ, ਬੈਰੀ ਬਗਾਨਾ ਖਤਮ ਹੋ ਜਾਵੇ ਫਿਰ ਰਾਜ 'ਤੇ ਬੈਠੇ, ਉਹ ਕਰ ਸਕਦਾ ਰਾਜ। ਉਹ ਪਰਮੇਸ਼ਰ ਹੈ ਫਿਰ, ਹੋਰ ਨਹੀਂ ਕੋਈ ਇਹੋ ਜਿਹਾ। ਸੰਸਾਰ ਦਾ ਰਾਜ ਦਾ ਪੰਗਾ ਤਾਂ ਨਹੀਂ ਕੋਈ ਲੈਂਦਾ, ਇਹ ਤਾਂ ਸੱਪਾਂ ਦੀ ਮਾਲ ਹੈ, ਕੰਨਿਆਂ ਦਾ ਤਾਜ ਹੈ। ਤਾਂ ਹੋਏ ਨੇ ਅਵਤਾਰ, ਲਿਖੇ ਨੇ ਅਵਤਾਰ ਵੀ ਦਸਮ ਰਸ ਦੇ ਵਿੱਚ ਹੀ, ਇੱਕੋ ਅਵਤਾਰ ਹੋਏ, ਇੱਕੋ ਪੀੜ੍ਹੀ ਚੱਲੀ ਹੈ, ਦੂਜੋ ਖਤਮ ਹੋ ਗਈ। ਅਵਤਾਰਾਂ ਦੇ ਆਉਂਦੇ ਨੇ ਨਾ, ਇੱਕ ਪੀੜ੍ਹੀ ਚੱਲੀ ਅਵਤਾਰ ਦੀ, ਭਗਤ ਦੀ ਇੱਕੋ ਪੀੜ੍ਹੀ ਚੱਲੀ ਹੈ, ਦੂਜੀ ਨੂੰ ਖਤਮ ਹੋ ਗਿਆ। ਤਾਂ ਖਬਰ ਹੈ ਕਿ ਮੈਂ 10 ਪੀੜ੍ਹੀਆਂ ਚਲਾਤੀਆਂ ਸਾਡੀਆਂ, ਕਿਉਂ ਚਲਾਤੀਆਂ 10 ਪੀੜ੍ਹੀਆਂ? ਇੱਕ ਵਾਰ ਸੱਚ ਨੇ ਉੱਤੇ ਆਉਣਾ ਤਾਂ ਚਲਾਈਆਂ ਨੇ ਇਹ, ਇੱਕ ਵਾਰ ਆਉਣਾ ਜ਼ਰੂਰ ਉੱਤੇ, ਕੋਈ ਜ਼ੋਰ ਲਾ ਲਵੇ ਚਾਹੇ ਸੱਚ ਉੱਤੇ ਆਊਗਾ, ਵਰਲਡ ਦੀ ਡਿਮਾਂਡ ਹੈ ਸੱਚ ਉੱਤੇ ਆਊਗਾ। ਆਦਮੀ ਸੂਝਵਾਨ ਹੈ ਹੁਣ ਵਰਲਡ ਦਾ, ਸਾਰੀ ਦਾ ਸੱਚ ਉੱਤੇ ਆਊਗਾ, ਸਭ ਨੂੰ ਪਤਾ ਵੀ ਇਹ ਉੱਤੇ ਆਏ ਤੇ ਬਿਨਾਂ ਵਰਲਡ ਬਚ ਨਹੀਂ ਸਕਦੀ, ਬਚ ਨਹੀਂ ਸਕਦੇ। ਹੋਰ ਸਭ ਕੁਛ ਹੈ ਕੋਲ, ਸੱਚ ਹੈ ਨਹੀਂ, ਸਭ ਕੁਛ ਵਰਲਡ 'ਚ ਹੈ ਸੱਚ ਹੈ ਨਹੀਂ, ਸਭ ਕੁਛ ਵਰਲਡ 'ਚ ਹੈ ਇਮਾਨਦਾਰੀ ਹੈ ਨਹੀਂ, ਹੋਰ ਸਭ ਕੁਛ ਹੈ। ਉਹ ਚੀਜ਼ਾਂ ਕਿਵੇਂ ਆਉਣ, ਰਕਸ਼ਾ ਕਰਨ ਵਾਲੀਆਂ, ਉਹ ਗੁਰਬਾਣੀ ਦੱਸੂਗੀ। ਤਾਂ ਕਹਿੰਦੇ ਨੇ ਗੁਰਬਾਣੀ ਹੀ ਬਚਾ ਸਕਦੀ ਆ, ਇਹਦੇ ਅਰਥ ਕਰੋ। ਅਰਥ ਕਰਦੇ ਨੇ ਇਹ ਦੂਏ, ਅਹੀ ਜਾਂਦੇ ਨੇ ਕਰਨ ਵਾਲੇ, ਜਿਹਨਾਂ ਨੂੰ ਪਤਾ ਹੀ ਕੁਛ ਨਹੀਂ, ਉਹ ਜਾਣਦੇ ਨੇ। ਮੁਸਲਮਾਨ ਜਾਣਦੇ ਨੇ, ਈਸਾਈ ਜਾਣਦੇ ਨੇ, ਵੀ ਇਹਨਾਂ ਨੂੰ ਕੱਖ ਨਹੀਂ ਪਤਾ, ਈਸਾਈਆਂ ਦਾ ਰਾਜ ਰਿਹਾ ਉਰੇ। ਲੱਖ ਨਗਾਰੇ ਵੱਜਣ ਆਮੋ ਸਾਹਮਣੇ, ਰਾਖ ਜਰਾਣੋ ਨਾ ਭੱਜਣ, ਰੋਹੇ ਰੋਹਲੇ। ਅਸੰਤ ਨੂੰ ਗੱਲ ਕਰ ਲਓ ਹੱਥ, ਨਾ ਜੀ ਬਸ ਅਸੀਂ ਬਹਿਸ ਨਹੀਂ ਕਰਨੀ, ਭੱਜ ਜਾਂਦੇ ਨੇ, ਕਦੇ ਭੱਜ ਜਾਂਦੇ ਨੇ। ਸੰਤ ਨਾਲ ਗੱਲ ਕਰ ਲੈ, ਅੜਦਾ ਨਹੀਂ ਉੱਥੇ ਸੱਚ ਤੇ, ਜੇ ਨਾ ਜੀ ਅਸੀਂ ਬਹਿਸ ਨਹੀਂ ਕਰਨੀ, ਚੱਲੇ ਕੌਣ ਨੇ? ਦੇਵਤੇ ਨੇ। ਇਹ ਕਿਹਾ ਰਾਖਸ ਰਣੋ ਨਾ ਭੱਜਣ, ਉਹ ਰਣ ਜੋ ਭੱਜਦੇ ਨਹੀਂ, ਇਹ ਭੱਜਦੇ ਨੇ। ਰਾਖਸ ਚੰਗੇ ਹੋਏ ਕਿ ਚੰਗੇ ਹੋਏ ਸੰਤ? ਚੰਗਾ ਦੱਸੋ ਕੌਣ ਹੋਇਆ? ਉਹ ਚੰਗੇ ਤਰਕਸ਼ੀਲ ਹੋਏ ਸਾਨੂੰ ਤਾਂ, ਉਹ ਕਹਿੰਦੇ ਰੱਬ ਦੇ ਦਰਸ਼ਨ ਕਰਾਓ, ਵਿਖਾ ਜਾਓ, ਕਰ ਲਓ। ਜੇ ਉਹ ਮੰਨ ਗਏ ਗੱਲ ਨੂੰ ਤਾਂ ਉਹਨਾਂ ਨੇ ਤਰਕਸ਼ੀਲ ਧੜਾ ਖੜਾ ਕਰਤਾ, ਤਰਕਸ਼ੀਲਾਂ ਦੇ ਬਰਾਬਰ, ਤਰਕਸ਼ੀਲਾਂ ਨਾਲ ਲੜ ਪਏ ਜਾ ਕੇ ਉਹ। ਜਾਂ ਤਾਂ ਤੁਸੀਂ ਆਓ ਮੈਦਾਨ 'ਚ, ਇਹ ਉਹਨਾਂ ਨੂੰ ਜਿੱਤ ਲਓ ਜਾਂ ਤੁਹਾਨੂੰ ਜਿੱਤ ਲੈਣ। ਜੇ ਉਹਨਾਂ ਨੂੰ ਜੇ ਉਹਨਾਂ ਨੇ ਤੁਹਾਨੂੰ ਜਿੱਤ ਲਿਆ, ਸਾਨੂੰ ਤਾਂ ਕਰਤਾ ਲਾਜਵਾਬ। ਜੇ ਉਹਨਾਂ ਨੇ ਲਾਜਵਾਬ ਕਰਤਾ, ਸਾਨੂੰ ਇਹ ਛੱਡ ਕੇ ਉਹਨਾਂ ਦੇ ਨਾਲ ਜੁੜਨਾ ਪਊਗਾ। ਹੁਣ ਉਹ ਦੋਵਾਂ 'ਚ ਪਏ ਹੋਏ ਨੇ, ਉਸ ਹੁਣ ਤਾਂ ਜੁੜਿਆ ਹੋਇਆ ਪਾਸੋਂ ਵਾਲੇ ਮੁੰਡੇ, ਉਹਨੇ ਉਹਦਾ ਗਰੁੱਪ ਹੁਣ ਭਾਰੀ ਹੈ ਸੋਹਣ ਦਾ ਸਾਰਿਆਂ ਨੂੰ। ਉਹ ਕਹਿੰਦੇ ਠੀਕ ਹੈ, ਸੱਚ ਜੋ ਹੈ। ਮੈਂ ਕਿਹਾ ਤਰਕਸ਼ੀਲ ਗੁਰੂ ਨਾਨਕ ਤੋਂ, ਭਗਤਾਂ ਤੋਂ ਉੱਪਰ ਤਰਕਸ਼ੀਲ ਕੋਈ ਨਹੀਂ ਹੈ, ਕਬੀਰ ਤੋਂ ਉੱਪਰ ਕੋਈ ਤਰਕਸ਼ੀਲ ਨਹੀਂ, ਨਾਮਦੇਵ ਰਵਿਦਾਸ ਤੋਂ ਉੱਪਰ ਕੋਈ ਤਰਕਸ਼ੀਲ ਨਹੀਂ, ਗੁਰੂ ਨਾਨਕ ਤੋਂ, ਗੁਰੂਆਂ ਤੋਂ, ਭਗਤਾਂ, ਭਗਤ ਸਾਰੇ ਵਿੱਚ ਆ ਗਏ, ਇਹਨਾਂ ਤੋਂ ਉੱਪਰ ਕੋਈ ਤਰਕਸ਼ੀਲ ਨਹੀਂ ਹੈ। ਧਰਮ 'ਤੇ ਤਰਕੇ ਮਾਰਦੇ ਨੇ, ਜਾਂ ਉਹ ਤਰਕ ਦੱਸਿਓ ਮੰਨ ਕੇ ਵੀ ਇਹ ਏਡਾ ਦਿਮਾਗ ਸਾਡਾ ਨਹੀਂ ਹੈ ਜਿਹੜੇ ਤਰਕ ਨੇ।
ਜਿਨ੍ਹਾਂ ਨੇ ਧਰਮ ਬਣਾਏ ਨੇ ਉਹਨਾਂ ਦਾ ਦਿਮਾਗ ਕਿੱਡਾ ਸੀ, ਜਿਹਨੇ ਤਰਕ ਮਾਰੇ ਨੇ ਉਹ ਤੋਂ ਵੱਡੇ ਦਿਮਾਗ ਵਾਲਾ। ਉਹ ਸਨਾਤਨ ਨੇ ਧਰਮ ਬਣਾਇਆ, ਬਣਾ ਤਨ ਉਹਨੇ ਆਪਣੇ ਹਿਸਾਬ ਨਾਲ ਠੀਕ ਬਣਾਇਆ, ਜਿਹਨਾਂ ਨੂੰ ਗਲਤ ਸਾਬਤ ਕਰਤਾ ਫਿਰ ਉਦੋਂ ਸਨਾਤਨ ਨੂੰ ਵੱਡਾ ਦਿਮਾਗ ਵਾਲਾ ਸੀ ਨਾ। ਇਹ ਮਨ ਉਲਟ ਸਨਾਤਨ ਹੋਇਆ, ਮਨ ਜਾਂ ਸੱਚ ਤੋਂ ਉਲਟ ਗਿਆ ਨਾ, ਉਲਟ ਰਾਹ ਪੈ ਗਿਆ ਫਿਰ ਸਨਾਤਨ ਬਣਿਆ, ਪੁੱਠੇ ਰਾਹ ਪੈ ਗਿਆ, ਸੱਚ ਤੋਂ ਉਲਟ ਗਿਆ ਤਾਂ ਸਨਾਤਨ ਹੋਇਆ। ਪੰਡਿਤ ਪਾੜੀ ਬਾਟ ਜਾਣਿਆ ਕਦ, ਕਬੀਰ ਕਹਿੰਦਾ ਤਬ ਜਾਣਿਆ ਜਬ ਜੀਵਤ ਮੂਆ, ਜਬ ਮੈਂ ਜੀਵਤ ਮਰ ਗਿਆ ਤਾਂ ਮੈਨੂੰ ਪਤਾ ਲੱਗਾ ਵੀ ਸਨਾਤਨ ਮਤ ਉਲਟੇ ਉਲਟੇ ਪਾਸੇ ਜਾ ਰਹੀ ਹੈ, ਹੁਣ ਮੈਨੂੰ ਪਤਾ ਲੱਗਿਆ। ਜਾਂ ਮੈਂ ਮਾਲਾ ਫਿਰਦਾ ਦੀ ਜਾਣੀ ਸੀ ਮੈਨੂੰ ਪਤਾ ਵੀ ਸਨਾਤਨ ਮਤ ਉਲਟੇ ਪਾਸੇ ਜਾ ਰਿਹਾ। ਅਰਸੇ ਦੇ ਹੋਰੇ ਕਰਤੇ ਵੀ ਹੁਣ ਮੇਰਾ ਮਨ ਪਲਟਿਆ, ਹੁਣ ਮੈਂ ਸਨਾਤਨ ਹੋਇਆ। ਪਹਿਲਾਂ ਉਹਨੂੰ ਪੁੱਛਿਆ ਪਹਿਲਾਂ ਕੀ ਸੀ, ਕਬੀਰ ਪਹਿਲਾਂ ਕੀ ਸੀ, ਪਹਿਲਾਂ ਕਿਹੜੀ ਮਤ ਸੀ ਉਹਦੀ, ਨਹੀਂ ਪੁੱਛਿਆ। ਜਿਵੇਂ ਪੰਡਿਤ ਨੇ ਅਰਥ ਕੀਤਾ ਸਾਰਿਆਂ ਨੇ, ਸਭ ਸੋਨੇ ਵੀ ਮੰਨ ਲਏ, ਉਹਨੂੰ ਪੁੱਛਦਾ ਵੀ ਜਦ ਕਬੀਰ ਕਹਿੰਦਾ ਮਨ ਮੇਰਾ ਉਲਟ ਕੇ ਸਨਾਤਨ ਹੋਇਆ, ਮਾਲਾ ਫੇਰਦਾ ਪਹਿਲਾਂ, ਜਦ ਮਾਲਾ ਫੇਰਨ ਲੱਗਿਆ ਪਹਿਲਾਂ ਉਹਦੇ ਕੋਲ ਕਿਹੜੀ ਮਤ ਸੀ, ਜਾਂ ਤਾਂ ਉਹ ਕਹੋ ਉਹਦੇ ਪਹਿਲਾਂ ਮਤ ਸੀ, ਸਾਡੇ ਵਾਲੀ ਦੇ ਵੀ ਫੇਰ ਸਨਾਤਨ ਬਣੇ, ਜਾਂ ਫਿਰ ਕਹੋ ਸਨਾਤਨ ਮਤ ਛੱਡ ਕੇ ਉਲਟਿਆ ਜੀਵਤ ਮੂਹ ਹੈ। ਉਲਟਿਆ ਕਿਹੜੇ ਬਣਿਆ, ਉਲਟਿਆ ਸਨਾਤਨ ਮਤ ਛੱਡ ਕੇ ਮਾਲਾ ਆਪਣੀ ਲੀਜਾ। ਸਨਾਤਨ ਮਤ ਤਾਂ ਜੀਵਤ ਮਰਨ ਦੀ ਗੱਲ ਨਹੀਂ ਕਰਦੀ, ਕਬੀਰ ਜੀਵਨ ਮਰਨ ਦੀ ਗੱਲ ਕਰਦਾ। ਤਬ ਜਾਣਿਆ ਜਬ ਜੀਵਤ ਮੂਹ, ਹੁਣ ਮੈਨੂੰ ਪਤਾ ਲੱਗਿਆ ਜਬ ਜਿਉਂਦਾ ਹੀ ਮਰ ਗਿਆ ਮੈਂ। ਉਹ ਤਾਂ ਕਹਿੰਦੇ ਜਿਉਂਦਾ ਮਰ ਹੀ ਨਹੀਂ ਸਕਦਾ, ਉਹ ਤਾਂ ਕਹਿੰਦਾ ਮਰੇ ਤੇ ਮੁਕਤੀ ਹੋਊਗੀ, ਜੀਵਨ ਮਰਨਾ ਮੁਕਤੀ ਹੈ। ਉਹ ਕਹਿੰਦਾ ਮਰੇ ਤੇ ਮੁਕਤੀ ਹੋਊ, ਮੈਨੂੰ ਜਿਉਂਦੇ ਨੂੰ ਮਿਲ ਗਈ ਮੁਕਤੀ, ਤੇ ਉਲਟ ਨਹੀਂ ਹੈ ਸਨਾਤਨ ਦਾ। ਹੁਣ ਮੈਨੂੰ ਪਤਾ ਲੱਗਿਆ ਵੀ ਉਲਟਾ ਰਾਹ ਸੀ ਉਹ ਸਨਾਤਨ ਦਾ। ਹਾਂਜੀ, ਲੱਖ ਸਿੰਹਾਂ ਵਾਂਗੂ ਗੱਜਣ ਸਭੇ ਸੂਰਮੇ, ਸਿੰਹਾਂ ਵਾਂਗੂ ਗੱਜਣ ਸਭੇ ਸੂਰਮੇ, ਉਹ ਆਪਣੀ ਗੱਲ ਨੂੰ ਸੱਚ ਮੰਨ ਕੇ ਕਰ ਰਹੇ ਨੇ, ਜੋ ਉਹ ਕਹਿ ਰਹੇ ਨੇ ਰਾਕਸ਼ ਉਹ ਇਹਨਾਂ ਦੀਆਂ ਗੱਲਾਂ ਨੂੰ ਕਹਿ ਰਹੇ ਨੇ। ਉਹ ਕਹਿੰਦੇ ਨੇ ਸ਼ਿਵਜੀ ਦੀਆਂ ਜੱਟਾਂ ਚੋਂ ਗੰਗਾ ਕੱਢ ਕੇ ਦਿਖਾਓ, ਤੁਸੀਂ ਦਿਖਾਓ ਕਿੱਥੇ ਹੈ ਸ਼ਿਵਜੀ। ਤੁਸੀਂ ਕਹਿੰਦੇ ਜੱਟਾਂ ਨਿਕਲਦੀਆਂ, ਚਲੋ ਆਪਾਂ ਚੱਲਦੇ ਹਾਂ ਪਹਾੜਾਂ ਡੋਲਦੇ ਹਾਂ, ਦੱਸੋ ਆਹ ਬੈਠਾ ਸ਼ਿਵਜੀ ਦੀਆਂ ਜੱਟਾਂ ਚੋਂ ਗੰਗਾ ਨਿਕਲਦੀ ਹੈ, ਤੁਸੀਂ ਕਹਿੰਦੇ ਦਿਖਾਓ ਕਿੱਥੇ। ਬ੍ਰਹਮਾ ਵਿਸ਼ਨੂੰ ਨੇ ਪਾਲਣਾ ਕਰਦਾ, ਦਿਖਾਓ ਵਿਸ਼ਨੂੰ ਕਿੱਥੇ, ਜਿਹੜਾ ਪਾਲਣਾ ਕਰਦਾ, ਪਾਲਣਾ ਮੁਰਗੀ ਕਰ ਅੰਡਿਆਂ ਦੀ ਕੌਣ ਕਰਦਾ,